لیکن تو فرمایا تو سب میرے محمد دی اتباع کرو تو میرے اللہ یہ معاملہ کیا ہے تو یقیناً اللہ دی آواز سی کہ میں اللہ دی محبت کا دعویٰ کیتی کھلوتے ہیں جس دے وچ جھوٹے ہیں میں اللہ تے میری محبت کا دعویٰ کیتا نہیں اس وچ جھوٹے ہیں محمد دی محبت کا دعویٰ کر کے بھی تو جھوٹے ہو سکتے ہیں اور محبت کا تعلق ہے دل دے نال جب تک سینہ چیریا نہ جے دل نو کھولیا نہ جے دل کا پتہ نہیں لگتا کہ اندر کیا ہے اتباع میرے محمد دی کرے سن آزاد نال پتہ لگ ویسے جو میرے نال کتنی محبت رکھتے ہیں زیادہ اتباع ہے اور اطاعت ہے ایک اطاعت ہے جی اس کا تعلق قول دے نال ہے اور اطاعت اللہ دی بھی ہوندی ہے اور معصوم دی بھی ہوندی ہے لیکن اتباع دا تعلق نقش قدم دے نال ہے نقش پا دے نال ہے اور جس اللہ نے اتباع دا حکم دیتا ہے اس دا پائی کونی نقش کیا ہونا ہے لہذا ضروری ہے کوئی ایسی ہستی ہوئے عمل او کرے کہ اس دی اتباع کیتی بنجے اس دی پیروی کیتی بنجے اور وہ پیروی اللہ دی پیروی شمار ہو گئے فرمایا اس کے اتباع کرو محمد دی اس واسطے کہ اس محمد دا ہر فعل میرا ہے وما ینتقو عن الہوا ان ہو الا وحی یوحا میرا محمد اس وقت تک بولندہ نہیں جب تک میں اللہ دی مرضی نہ ہوئے کوئی آ کرے کہ یہ نہیں بولندہ میں بولینا کتنا بیٹھے ماشاء اللہ ان کو تم تو ہے پور اللہ دے جواب میں آ کر فرما رہے کہ اس کا بولنا میرا بولنا رمیتا ولیکن اللہ رما اے محمد تو سنگرے سے مارے نے تو نہیں مارے میں اللہ مارے انما یبایعونک یبایعون اللہ یل اللہ فوق ایدیہم یہ تو بیعت لئی ہے تے ہاتھ تیرا اتے آئی تینا دے تلیان یہ تیرا ہاتھ اتے لئی یل اللہ فوق ایدیہم اللہ دا ہاتھ لوگاں دے ہتھاں اتے آئی ماشاءاللہ
ਬਿਆਨਾ ਦੱਸ ਰਿਹਾ ਕਿ ਮੁਹੰਮਦ ਜਿਹੜਾ ਹੈ ਇਹ ਮੁਹੰਮਦ ਦਾ ਜ਼ਾਤੀ ਫੇਲ ਨਹੀਂ, ਇਹ ਅੱਲਾ ਦਾ ਫੇਲ ਹੈ। ਔਰ ਮੁਹੰਮਦ ਜੋ ਕੁਛ ਸਰ ਅੰਜਾਮ ਦਿੰਦਾ ਹੈ ਇਹ ਅੱਲਾ ਦੀ ਮਰਜ਼ੀ ਨਾਲ ਸਰ ਅੰਜਾਮ ਦਿੰਦਾ ਹੈ। ਲਿਆਦਾ ਫਰਮਾ ਰਹੇ ਇਸ ਦਾ ਫੇਲ ਮੇਰਾ ਫੇਲ, ਇਸ ਦਾ ਬੋਲਣਾ ਮੇਰਾ ਬੋਲਣਾ, ਇਸ ਦਾ ਕੰਮ ਕਰਨਾ ਮੇਰਾ ਕੰਮ ਕਰਨਾ। ਔਰ ਫਰਮਾਇਸ ਯਾ ਅਸੀਂ ਅਸੀਂ ਸਵਾਲ ਕਰ ਸਕਦੇ ਆਲਮ ਕੋਲ, ਕਹਿ ਮੇਰੇ ਮਾਲਿਕ ਇਹ ਤੇਰਾ ਹਬੀਬ ਹੈ, ਇਸ ਦੀ ਉਮਰ ਹੈ 63 ਸਾਲ, ਇਸ ਦੁਨੀਆਂ ਤੋਂ ਟੁਰ ਵਜਣਾ, ਔਰ ਇਤਬਾਹ ਜਿਹੜੀ ਕਰਨੀ ਹੈ ਸਿਰਫ ਮੁਹੰਮਦ ਦੇ ਦੌਰ ਦੇ ਲੋਕਾਂ ਨੇ ਨਹੀਂ ਕਰਨੀ, ਜਿਹੜੇ ਤੇਰੇ ਨਕਸ਼ ਕਦਮ ਤੇ ਚੱਲਣਾ ਚਾਹੁੰਦੇ ਨੇ, ਤੇਰੀ ਇਤਾਤ ਕਰਨਾ ਚਾਹੁੰਦੇ ਨੇ। ਤੇ ਯਾ ਅੱਲਾ ਕਰੀਏ ਕਿਆ, ਜਦੋਂ ਮੁਹੰਮਦ ਤੁਰ ਰਿਹਾ ਸੀ ਤੇ ਵੱਦ ਕਿਆ ਕਰਸਾ। ਲਿਆਦਾ ਫਰਮਾਇਆ ਇਸ ਕਿ ਮੈਂ ਮੁਹੰਮਦ ਨੂੰ ਭੇਜਿਆ ਆਪਣਾ ਨੁਮਾਇੰਦਾ ਬਣਾ ਕੇ, ਔਰ ਉਸਦਾ ਫੇਲ ਮੇਰਾ ਫੇਲ। ਇੱਥੇ ਮੈਂ ਇੱਕ ਮਿਸਾਲ ਦਿੰਦਾ ਹਾਂ, ਅਮੂਮਨ ਵੀ ਜਿਵੇਂ ਸਕੂਲ 'ਚ ਬਣੀ ਪੈਂਦੇ ਪੁਰਾਣੇ ਦੌਰ 'ਚ, ਅਤੇ ਤਖਤੀਆਂ ਲਿਖਣ ਵਾਸਤੇ ਉਸਤਾਦ ਦਬੈਂਦੇ ਹਨ, ਅਤੇ ਬਾਅਦ ਅੱਛਾ ਲਿਖਣ ਵਾਲਾ ਬੰਦਾ ਜਿਹੜਾ ਹੈ ਉਸ ਨੂੰ ਆਖਿਆ ਪੈਂਦਾ ਇਸ ਨੂੰ ਲਿਖ ਕੇ ਦੇਵੋ, ਖੁਸ਼ ਖਤ ਲਿਖ ਕੇ ਦੇਵੋ। ਹੁਣ ਬੱਚੇ ਉੱਤੇ ਲਿਖਣਾ ਹੈ, ਅਗਰ ਲਿਖਾਈ ਪਹਿਲੇ ਹੀ ਗਲਤ ਹੋਵੇ, ਲਾਈਨਾਂ ਸਹੀ ਨਾ ਹੋਵਣ, ਜਾਂ ਡਿੰਗਾ ਲਿਖਿਆ ਹੋਇਆ ਹੋਵੇ, ਟੇੜਾ ਲਿਖਿਆ ਹੋਇਆ ਹੋਵੇ, ਖਤ ਅੱਛਾ ਨਾ ਹੋਵੇ, ਜੇ ਬੱਚਾ ਗਲਤੀ ਕਰੇ ਤਾਂ ਬਸ ਬੱਚੇ ਦੀ ਗਲਤੀ ਨਹੀਂ ਲਿਖਣ ਵਾਲੇ ਦੀ ਗਲਤੀ ਹੈ। ਲਿਆਦਾ ਉਸਨੇ ਬਣਾ ਕੇ ਮੁਹੰਮਦ ਨੂੰ ਭੇਜਿਆ ਹੈ, ਅਗਰ ਮੁਹੰਮਦ ਵਿੱਚ ਕੋਈ ਨਕਸ ਹੈ ਤਾਂ ਫਿਰ ਮੁਹੰਮਦ ਵਿੱਚ ਨਕਸ ਨਹੀਂ, ਉਸ ਦੀ ਜ਼ਾਤ ਵਿੱਚ ਨਕਸ ਬਣਦਾ ਹੈ। ਮਾਸ਼ਾਅੱਲਾ, ਕਿ ਮੈਂ ਤੇਰੇ ਦਾ ਬੇਮਿਸਾਲ ਭੇਜੇ ਹੈਂ, ਔਰ ਯਾ ਅੱਲਾ ਤੂੰ ਜੇ ਮੁਹੰਮਦ ਨੂੰ ਭੇਜਿਆ ਹੈ ਤਾਂ ਫਿਰ ਇਸ ਦਾ ਦੌਰ ਤੇ ਗੁਜ਼ਰ ਵਜਣਾ ਹੈ, ਉਸ ਤੋਂ ਬਾਅਦ ਕਿਆ ਕਰੀਏ। ਪਰ ਕਹਿੰਦਾ ਹੈ ਕਿ ਮੈਂ ਤੇਰੇ ਵਾਸਤੇ ਕੁਝ ਹੋਰ ਆਈਨੇ ਵੀ ਭੇਜੇ ਹੈ। ਅਗਰ ਤੂੰ ਆਪਣੀ ਸ਼ਕਲ ਮੁਬਾਰਕ ਵੇਖਣੀ ਹੋਵੇ ਤੇ ਆਈਨੇ ਦੇ ਸਾਹਮਣੇ ਖਲੋਣਾ ਹੈ, ਔਰ ਇਹ ਆਈਨੇ ਦੀ ਖਸੂਸੀਅਤ ਹੈ ਕਿ ਇਨਸਾਨ ਜਿਹੜੀ ਹਰਕਤ ਕਰੇ ਉਹ ਸ਼ੀਸ਼ੇ 'ਚ ਨਜ਼ਰ ਆਉਂਦੀ ਹੈ। ਅਗਰ ਹੱਥ ਹਿਲਾਉਂਦਾ ਹੈ ਤਾਂ ਹੱਥ ਹਲਕਾ ਨਜ਼ਰ ਆਉਂਦਾ ਹੈ, ਹੱਥ ਰੁਕਦਾ ਹੈ ਤਾਂ ਹੱਥ ਰੁਕਦਾ ਨਜ਼ਰ ਆਉਂਦਾ ਹੈ। ਲਿਹਾਜ਼ਾ ਇਸ ਦੇ ਵਿੱਚ ਇੱਕ ਖਾਮੀ ਵੀ ਹੈ, ਔਰ ਉਹ ਖਾਮੀ ਹੈ ਕਿ ਜਦ ਤੱਕ ਅਸਲ ਸਾਹਮਣੇ ਹੋਵੇ ਉਸ ਵਕਤ ਤੱਕ ਅਕਸ ਵਿਖੈਂਦਾ ਹੈ, ਜੇ ਅਸਲ ਸਾਹਮਣੇ ਨਾ ਹੋਵੇ ਤਾਂ ਅਕਸ ਵੀ ਨਹੀਂ ਵਿਖੈਂਦਾ। ਤੇ ਯਾ ਅੱਲਾ ਸਾਨੂੰ ਐਸਾ ਆਈਨਾ ਚਾਹੀਦਾ ਹੈ ਜਿਹੜਾ ਅਕਸ ਨੂੰ ਮਹਿਫੂਜ਼ ਕਰ ਲਵੇ ਭਾਵੇਂ ਅਸਲ ਸਾਹਮਣੇ ਨਾ ਹੋਵੇ। ਅੱਲਾ ਫਰਮਾਇਆ ਮੈਂ ਵੀ ਐਸਾ ਇੰਤਜ਼ਾਮ ਕੀਤਾ ਹੈ, ਐਸੇ ਆਈਨੇ ਬਣਾ ਕੇ ਭੇਜੇ ਹੈਂ ਜਿਹੜੇ ਮਹਿਫੂਜ਼ ਵੀ ਕਰਿੰਦੇ ਹੈਂ ਤੇ ਜਜ਼ਬ ਵੀ ਕਰਿੰਦੇ ਹੈਂ। ਮਾਸ਼ਾਅੱਲਾ, ਕਿ ਅਗਰ ਆਈਨਾ ਮਹਿਫੂਜ਼ ਕਰ ਵੀ ਲਵੇ ਤਾਂ ਆਈਨੇ ਨੂੰ ਇਹ ਨਹੀਂ ਪਤਾ ਕਿ ਕਿਹੜਾ ਕੰਮ ਕਿਹੜੀ ਜਾ ਕੇ ਕਰਨਾ ਹੈ। ਇਸ ਜਗ੍ਹਾ ਤੇ ਐਸੇ ਆਈਨੇ ਚਾਹੀਦੇ ਹੈ। ਮੈਂ ਇੱਕ ਮਿਸਾਲ ਦੇ ਰਿਹਾ ਕਿ ਅਗਰ ਕੋਈ ਰਾਵੀ ਰਸੂਲ ਪਾਕ ਦੇ ਨਾਲ ਰਿਹਾ ਹੈ ਜ਼ਿੰਦਗੀ ਭਰ, ਪਹਿਲੇ 13 ਸਾਲ ਉਸਨੇ ਮੱਕੇ 'ਚ ਗੁਜ਼ਾਰੇ, ਕਿਉਂਕਿ ਹਜ਼ੂਰ ਦੀ 13 ਸਾਲਾ ਜ਼ਿੰਦਗੀ ਜਿਹੜੀ ਹੈ ਉਹ ਮੱਕੇ ਵਿੱਚ ਹੈ, 13 ਸਾਲ ਉਸਨੇ ਗੁਜ਼ਾਰੇ। ਉਹ ਯਕੀਨ ਲੱਗੇ ਸੀ ਕਿ ਹਜ਼ੂਰ ਦੀ ਜ਼ਿੰਦਗੀ ਦੇ ਵਿੱਚ ਅਮਨ ਹੈ, ਸਕੂਨ ਹੈ, ਤਲਵਾਰ ਦਾ ਉਠਾਵਣਾ ਨਹੀਂ ਹੈ। ਲੇਕਿਨ ਜਿਹੜੇ ਹਿਜਰਤ ਕਰਕੇ ਆਉਂਦੇ ਹਨ, ਜਿਹੜੀ ਖੰਦਕ ਹੁੰਦੀ ਹੈ, ਖੈਬਰ ਹੁੰਦੀ ਹੈ, ਬਦਰ ਹੁੰਦੀ ਹੈ, ਉਹਦ ਹੁੰਦੀ ਹੈ, ਫਿਰ ਉਸ ਨੂੰ ਆਖਣਾ ਪਸੀ ਨਹੀਂ ਨਹੀਂ ਹਜ਼ੂਰ ਤਲਵਾਰ ਵੀ ਉਠਾਉਂਦੇ ਹੈ। ਪਹਿਲਾਂ ਤਾਂ ਮੈਂ ਗੁਫ਼ਤਗੂ ਕੀ ਕਰਨ ਦਾ ਪੈਣ ਜਦੋਂ ਸੁਣ ਕੇ ਬੈਠਾ ਬੰਦਾ ਕਿ ਇਹਦੇ ਨਾਲ ਜੋ ਜੰਗਾਂ ਕੀਤੀ ਕਰ ਲੈਂਦਾ ਵੀ ਉਸੇ ਜਜ਼ਬਾਤੀ ਮੋਮਿਨ ਕੋਲ ਬੰਦਾ ਪੁੱਛੇ ਹੁਣ ਸੁਲਾ ਵੀ ਕਰੇ ਸੀ ਮੈਂ ਕਿਸੇ ਨੇ ਸੁਲਾ ਕਿਉਂ ਕਰੇ ਸੀ, ਭਲਾ ਸੁਲਾ ਕਰਨੀ ਹੈ, ਇਹਨਾਂ ਨੇ ਇਤਨੇ ਬੰਦੇ ਮਾਰੇ, ਇਤਨੀਆਂ ਲੜਾਈਆਂ ਕੀਤੀਆਂ, ਆਵੇ ਨੇ ਸੁਲੇ ਹੁਦੈਬੀਆ ਦਾ ਵਾਕਿਆ, ਫਿਰ ਹਜ਼ੂਰ ਨੇ ਸੁਲਾ ਵੀ ਕਰ ਲੈਣੀ ਹੈ, ਫਿਰ ਉਸਨੇ ਮੰਨ ਲੈਣਾ ਹੈ ਕਿ ਸੁਲਾ ਵੀ ਕਰ ਲੈਂਦੇ ਹੈਨ। ਬਦਲ ਮਦਾ ਕੇ ਬਈ ਸੁਲਾ ਤਾਂ ਕਰ ਲੈਣੀ ਕਿ ਵਾਇਦਾ ਟੁੱਟ ਵਜੇ, ਵਾਇਦਾ ਖਤਮ ਹੋ ਵਜੇ, ਤੇ ਵੱਧ ਕਿਆ ਕਰੇ ਸਨ, ਅੱਗੇ ਸੀ ਉਹਨਾਂ ਚੀਰ ਫਾੜਦੇ ਸਨ, ਟੁਕੜੇ ਟੁਕੜੇ ਕਰਦੇ ਸਨ, ਆ ਗਏ ਫਤਿਹ ਮੱਕਾ, ਤੇ ਫਤਿਹ ਮੱਕਾ ਤੇ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਛੋੜਿਆ।
ਬਰਬਦ ਹਜ਼ੂਰ ਪੁੱਛੇ ਭਈ ਇਹਨਾਂ ਰਸੂਲ ਨੂੰ ਜੇ ਮਿੰਬਰ ਮਿਲੇ, 1 ਲੱਖ ਤੋਂ ਜ਼ਿਆਦਾ ਮਜਮਾ ਮਿਲੇ, ਉੱਥੇ ਕਿਆ ਸਨ? ਉਹ ਕਿਸੀ ਨਮਾਜ਼ ਦੀ ਗੱਲ ਕਰੇ ਸਨ, ਰੋਜ਼ੇ ਦੀ ਗੱਲ ਕਰੇ ਸਨ, ਹਾਈ ਦੀ ਗੱਲ ਕਰੇ ਸਨ, ਜ਼ਕਾਤ ਦੀ ਗੱਲ ਕਰੇ ਸਨ, ਕਿਉਂਕਿ ਉਹ ਨਫਸ ਰਸੂਲ ਨੂੰ ਨਹੀਂ ਜਾਣਦਾ, ਮਿਜ਼ਾਜ ਨੂੰ ਨਹੀਂ ਜਾਣਦਾ। ਮੈਂਬਰ ਰਸੂਲ ਨੂੰ ਮਿਲ ਗਏ ਤੇ ਫਿਰ ਅਲੀ ਦੀ ਵਿਦਾਇਆ ਦੱਸਦਾ ਪਿਆ ਵਾ, ਉਸਨੂੰ ਪਤਾ ਲੱਗ ਗਿਆ ਜਿਹੜਾ ਮੈਂ ਸੋਚੀ ਕਲੋ ਤਾਸ ਹੋ ਗਿਆ ਥਾ। ਐਸੇ ਆਈਨੇ ਹੋਣੇ ਚਾਹੀਦੇ ਹਨ ਹਜ਼ੂਰ ਦੇ ਜਿਹੜੇ ਉਸ ਅਕਸ ਨੂੰ ਮਹਫੂਜ਼ ਕਰ ਲਵਨ, ਤੇ ਐਸੇ ਆਈਨੇ ਹੋਣ ਕਿ ਅਗਰ ਪਾਕ ਪੈਗੰਬਰ ਚਲੇ ਵਜਨ ਤੇ ਕੋਈ ਵਾਕਿਆ ਪੇਸ਼ ਆਵੇ, ਕੋਈ ਮੁਸ਼ਕਿਲ ਪੇਸ਼ ਆਵੇ, ਤਾਂ ਉਹਨਾਂ ਦਾ ਅਮਲ ਇੰਜ ਹੀ ਹੋਵੇ, ਅਗਰ ਹਜ਼ੂਰ ਹੋਣ ਤਾਂ ਉਂਜ ਹੀ ਕਰਨ। ਹਜ਼ੂਰ ਨੇ ਪਹਿਲਾ ਪਹਿਲਾ ਆਈਨਾ ਆਈਨੇ ਦੇ ਨਜ਼ਰ ਝੁਕਾਈ ਹੈ, ਵੇਖਿਆ ਹੈ ਤੇ ਆਈਨਾ ਅੱਧੇ ਕੱਦੇ ਆਦਮ ਦੇ ਬਰਾਬਰ ਹੈ, ਬੁਲੰਦ ਕੱਦ ਦਾ ਇਹ ਆਈਨਾ ਹੈ, ਵੇਖਿਆ ਤੇ ਆਪਣੀ ਪੂਰੀ ਤਸਵੀਰ ਨਜ਼ਰ ਆਈ ਹੈ ਤੇ ਫਰਮਾਇਆ ਅਲੀ ਯੋ ਮਿੰਨੀ ਵਾ ਅਨਾ ਮਿਨ ਹੋ, ਅਲੀ ਮੇਰੇ ਚ ਹੈ ਤੇ ਮੈਂ ਅਲੀ ਵਿੱਚ ਹਾਂ। ਫਰਮਾਇਆ ਸੋ ਮੈਂ ਤੁਰ ਵੈਸਾਂ ਤੇ ਅਲੀ ਉਂਝੇ ਕੰਮ ਕਰੇ ਸੀ ਜਿਵੇਂ ਮੈਂ ਮੁਹੰਮਦ ਕਰੇਗਾ, ਕਿਉਂਕਿ ਇਹ ਮਲਕਾਤ ਨਫਸੇ ਪੈਗੰਬਰ ਹੈ, ਇਹਨਾਂ ਜੋਹਰ ਅੱਲਾਹ ਅਤਾ ਕੀਤੇ ਹੈ ਤੇ ਅਕਸ ਮੁਹੰਮਦ ਕੋਲ ਲੈ ਰਹੇ ਨੇ। ਪਹਿਲਾ ਫਿਰ ਦੂਸਰਾ ਆਈਨਾ ਜਿਹੜਾ ਬਜ਼ਾਹਿਰ ਕਦੇ ਛੋਟਾ ਹੈ, ਉਸ ਆਈਨੇ ਨੂੰ ਵੇਖਿਆ ਤੇ ਵੇਖਿਆ ਇਸ ਦਾ ਕਿ ਮੇਰੇ ਕਿਰਦਾਰ ਵਿੱਚ ਇੱਕ ਚੀਜ਼ ਖਾਲੀ ਹੈ ਕਿ ਮੈਂ ਨਬੀ ਹਾਂ ਔਰਤਾਂ ਦਾ ਵੀ ਮਰਦਾਂ ਦਾ ਵੀ, ਲੇਕਿਨ ਮੈਂ ਮਰਦਾਂ ਔਰਤਾਂ ਵਾਸਤੇ ਕੋਈ ਸੀਰਤ ਨਹੀਂ ਛੋੜੀ। ਇਸ ਆਈਨੇ 'ਚ ਵੇਖੇ ਆਪਣੀ ਤਸਵੀਰ ਨਜ਼ਰ ਆਈ ਇਸ ਫਰਮਾਇਸ ਅਲ ਫਾਤਿਮਾ ਤੋ ਬਜ਼ਅ ਤੋ ਮਿੰਨੀ, ਫਾਤਿਮਾ ਮੇਰਾ ਟੁਕੜਾ ਹੈ। ਮਾਸ਼ਾਅੱਲਾ। ਤੇ ਟੁਕੜਾ ਨਾਲ ਨਾ ਹੋਵੇ ਤੇ ਬੰਦੇ ਦੀ ਤਸਵੀਰ ਮੁਕੰਮਲ ਨਹੀਂ ਹੁੰਦੀ, ਜਿਸ ਮੁਕੰਮਲ ਨਹੀਂ ਹੁੰਦਾ। ਫਰਮਾ ਰਿਹਾ ਹੈ ਕਿ ਮੇਰਾ ਕਿਰਦਾਰ ਵੀ ਤਦ ਮੁਕੰਮਲ ਹੁੰਦਾ ਹੈ ਕਿ ਫਾਤਿਮਾ ਜ਼ਹਰਾ ਵਿੱਚ ਮੌਜੂਦ ਹੋਵੇ। ਮਾਸ਼ਾਅੱਲਾ। ਇਸ ਦੋ ਆਈਨੇ ਵੇਖੇ ਜਿਨ੍ਹਾਂ ਦੇ ਹਰ ਅਮਲ ਮੁਹੰਮਦ ਮੁਸਤਫਾ ਅਮਲ ਹੈ, ਔਰ ਅਲੀ ਦਾ ਅਮਲ ਤੇ ਇੰਜ ਮੁਹੰਮਦ ਮੁਸਤਫਾ ਹੈ ਕਿ ਅਸਾਂ ਹੱਥ ਨਾਲ ਕੋਈ ਕੰਮ ਕਰੀਏ ਤਾਂ ਅੱਖ ਨਾਲ ਕੋਈ ਤਾਲੁਕ ਨਹੀਂ, ਕੰਨ ਨਾਲ ਕੋਈ ਤਾਲੁਕ ਨਹੀਂ, ਔਰ ਅਗਰ ਜ਼ੁਬਾਨ ਕੋਈ ਕੰਮ ਕਰੇ ਤਾਂ ਤੁਝੇ ਆਜ਼ਾਨ ਨਾਲ ਕੋਈ ਤਾਲੁਕ ਨਹੀਂ। ਇਹ ਹੈ ਨਫਸ ਪੈਗੰਬਰ, ਇਹ ਹੈ ਨਫਸੁੱਲਾ। ਇਹ ਕੋਈ ਕੰਮ ਕਰਦਾ ਹੈ ਤੇ ਅੱਲਾ ਫਰਮਾਂਦਾ ਹੈ ਯਰੁੱਲਾ, ਅਲੀ ਨੇ ਜਿਹੜਾ ਕੰਮ ਕੀਤਾ ਹੈ ਉਹ ਅੱਲਾ ਦੇ ਹੱਥਾਂ ਨੇ ਕੀਤਾ ਹੈ। ਮਾਸ਼ਾਅੱਲਾ। ਅਲੀ ਅੱਖਾਂ ਨਾਲ ਵੇਖਦਾ ਅੱਲਾ ਦਾ ਹੈ, ਐਨੁੱਲਾ, ਇਹ ਅਲੀ ਦੀ ਅੱਖਾਂ ਨਹੀਂ ਮੈਂ ਅੱਲਾ ਦੀ ਅੱਖਾਂ ਹੈ, ਕਿਉਂਕਿ ਇਹ ਹੈ ਨਫਸ ਪੈਗੰਬਰ। ਅਲੀ ਦਾ ਕੰਮ ਨਫਸ ਪੈਗੰਬਰ ਹੋਣ ਦੀ ਵਜ੍ਹਾ ਨਾਲ ਪੈਗੰਬਰ ਦਾ ਕੰਮ ਵੀ ਹੈ ਤੇ ਖੁਦਾ ਦਾ ਕੰਮ ਵੀ ਹੈ। ਤਸਵੀਰ ਵੇਖੀ ਹੈ ਤੇ ਆਪਣੀ ਤਸਵੀਰ ਮੁਕੰਮਲ ਨਜ਼ਰ ਆਈ ਹੈ। ਫਰਮਾਇਆ ਇਹ ਬਣਾਏ, ਇਹ ਦੋ ਮੇਰੇ ਬੇਟੇ ਹੈ ਹਸਨ ਤੇ ਹੁਸੈਨ, ਕਾਮਾ ਔਕਾਦਾ ਖਲੋਤੇ ਹੋਣ ਤਬ ਵੀ ਤੇ ਬੈਠੇ ਹੋਣ ਤਬ ਵੀ, ਯਾਨੀ ਕਿਸੇ ਨਾਲ ਜੰਗ ਕਰਨ ਤਬ ਵੀ ਇਮਾਮ ਹੈ ਤੇ ਕਿਸੇ ਨਾਲ ਸੁਲਹ ਕਰਨ ਤਬ ਵੀ ਇਮਾਮ ਹੈ। ਮਾਸ਼ਾਅੱਲਾ। ਇਤਬਾ ਜਿਹੜੀ ਹੈ ਰਸੂਲ ਦੀ, ਕਿ ਅੱਲਾ ਨੇ ਹੁਕਮ ਦਿੱਤਾ ਹੈ ਕਿ ਮੇਰੇ ਰਸੂਲ ਦੀ ਇਤਬਾ ਕਰੋ, ਔਰ ਇਤਬਾ ਕਰੇ ਸੋ ਤਾਂ ਮੈਂ ਅੱਲਾ ਮੁਹੱਬਤ ਕਰੇ ਸਾਂ। ਇਤਬਾ ਦੇ ਵਿੱਚ ਇਹ ਹੈ ਕਿ ਰਸੂਲ ਨਮਾਜ਼ ਪੜ੍ਹਦੇ ਤਾਂ ਸਾਂ ਨਮਾਜ਼ ਪੜ੍ਹੀ, ਰਸੂਲ ਮਸਵਾਕ ਕਰਦੇ ਤਾਂ ਲੋਕਾਂ ਆਖਿਆ ਮਸਵਾਕ ਕਰਨਾ ਚਾਹੀਦਾ ਹੈ, ਲੋਕਾਂ ਦੇ ਨਮਾਜ਼ ਪੜ੍ਹਨੀ ਚਾਹੀਦੀ, ਨਮਾਜ਼ ਅੱਖਾਂ ਦੀ ਚੰਗਾ ਗਏ ਪਾਕ ਪੈਗੰਬਰ ਫਰਮਾਇਆ ਅਸਲਾ ਤੋਂ ਪੁਰਾ ਤੋਂ ਐ ਨਹੀਂ, ਮੈਂ ਵੀ ਆਖਦਾ ਭਾਈ ਨਮਾਜ਼ ਰਸੂਲ ਪਾਕ ਦੀ ਅੱਖਾਂ ਦੀ ਠੰਡਕ ਹੈ, ਲੇਕਿਨ ਰਸੂਲ ਫਰਮਾਏ ਅਲ ਹੁਸੈਨ ਨੂੰ ਪੁਰਾ ਤੋਂ ਐ ਨਹੀਂ, ਹੁਸੈਨ ਵੀ ਮੇਰੀ ਅੱਖਾਂ ਦੀ ਠੰਡਕ ਹੈ। ਫਰਮਾਇਆ ਸਮਨ ਅਹੱਬਲ ਹੁਸੈਨ ਫਕਤ ਅਹੱਬਨੀ, ਜਿਸਨੇ ਹੁਸੈਨ ਨਾਲ ਮੁਹੱਬਤ ਕੀਤੀ ਉਸਨੇ ਮੁਹੰਮਦ ਨਾਲ ਮੁਹੱਬਤ ਕੀਤੀ, ਔਰ ਮਨ ਅਹੱਬਨੀ ਫਕਤ ਅਹੱਬਲਾ, ਔਰ ਜਿਸਨੇ ਮੁਹੰਮਦ ਨਾਲ ਮੁਹੱਬਤ ਕੀਤੀ ਗੋਇਆ ਉਸਨੇ ਅੱਲਾਹ ਦੇ ਨਾਲ
محبت کی تھی اور فرمایا پھر اللہ بھی اس نال محبت کرے سی. اس حسین نے دین دی خاطر بڑی قربانیاں دتی ہیں اور اس حسین نے اپنا بھریا گھر لٹوا چھوڑا. جی رات گزرن پہ ہونا اس رات آشور دی رات ہے